ਵਿਵਾਦਾਂ ਦੀ ਰਾਣੀ ਕੰਗੜਾ ਨੌਰਦ ਦੀਆਂ ਮੁਸ਼ਕਲ ਇੱਕ ਵਾਰ ਫਿਰ ਤੋਂ ਵੱਧ ਗਈਆਂ ਨੇ ਕੰਗੜਾ ਨੌਰਦ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਜਿਹੜੀ ਸ਼ਿਕਾਇਤ ਹੈ ਮਜਿੰਦਰ ਸਿੰਘ ਸਿਰਸਾ ਨੇ ਦਰਜ ਕਰਵਾਈ ਹੈ ਦਰਸਲ ਕੰਗੜਾ ਨੌਰਦ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਵਿੱਚ ਉਸਨੇ ਸਿੱਖਾਂ ਨੂੰ ਮੱਛਰ ਕਿਹਾ ਹੈ ਜਿਸ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਗਰਮਾ ਗਈ ਹੈ ਤੇ ਮਜਿੰਦਰ ਸਿੰਘ ਸਿਰਸਾ ਨੇ ਇਸ ਦੀ ਕੜੀ ਨਿੰਦਾ ਕੀਤੀ ਮੈਸ ਕਟਿਆ ਸੋਚਦੇ ਇਸ ਔਰਤ ਨੇ ਦੱਸਣਾ ਚਾਹਣਾ ਹੈ ਕਿ ਸਾਨੂੰ ਕੋਈ ਕੁਚਤਨਾ ਤੇ ਦੂਰ ਦੀ ਗੱਲ ਸਾਨੂੰ ਕੋਈ ਝੁਕਾਇਆ ਵੀ ਨਹੀਂ ਸਕਦਾ ਸਾਡਾ ਇਤਿਹਾਸ ਪੁੱਛਣਾ ਹੋਵੇ ਤੇ ਅਬਦਾਲੀ ਵਰਗੇ ਲੋਕਾਂ ਤੋਂ ਜ਼ਖਰੀਆ ਖਾਨ ਵਰਗੇ ਲੋਕਾਂ ਤੋਂ ਜਾ ਕੇ ਪੁੱਛਿਓ ਜੀ ਜਰਨਲ ਡਾਇਰ ਦੇ ਪਰਿਵਾਰ ਤੋਂ ਜਾ ਕੇ ਪੁੱਛਿਓ ਜੀ ਔਰ ਐਸੀ ਦਿਵਾਲੀਆਪਨ ਦਿਮਾਗੀ ਜਿਦਾ ਹੋਵੇ ਸਰਕਾਰ ਨੂੰ ਐਸੀ ਔਰਤ ਦੇ ਖਲਪ ਕਾਰਵਾਈ ਕਰਨੀ ਚਾਹੀਦੀ ਇਹਨੂੰ ਸਿਕਿਉਰਿਟੀ ਨਹੀਂ ਦੇਣੀ ਚਾਹੀਦੀ ਇਨੂੰ ਸਿਰਫ ਦੀ ਲੋੜ ਨਹੀਂ ਇਹਨੂੰ ਹਸਪਤਾਲ ਦੀ ਲੋੜ ਹੈ ਇਹਨੂੰ ਡਾਕਟਰ ਦੀ ਲੋੜ ਹੈ ਇਸ ਨੂੰ ਦਿਮਾਗੀ ਹਸਪਤਾਲ ਦੇ ਅੰਦਰ ਦਾਖਲ ਕਰਾਇਆ ਜਾਵੇ ਔਰ ਇਹਦਾ ਇਲਾਜ ਕਰਾਇਆ ਜਾਵੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਬਜ਼ਮ ਵਰਮਾ ਗਰਾਊਂਡ 0 ਤੁਰਗੰਜੀ ਬਜ਼ਮ ਕੰਗਨੌਰ ਨੌਤ ਕਦੇ ਬਿਆਨ ਦਿੰਦੀ ਕਿ ਜਾਦੀ 2014 ਚ ਮਿਲੀ ਕਦੇ ਉਹ ਬਿਆਨ ਦਿੰਦੀ ਹੈ ਕਿ ਜਿਹੜੇ ਹੈ ਅੰਦੋਲਨਕਾਰੀ ਨੇ ਅਤਵਾਦੀ ਨੇ ਤੇ ਹੁਣ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੋ ਸਿੱਖ ਨੇ ਉਹ ਮੱਛਰ ਨੇ ਕੀ ਸਰਕਾਰ ਜਿਹੜੀ ਆ ਕੋਈ ਐਕਸ਼ਨ ਕਿਉਂ ਨਹੀਂ ਲਈ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਕਿਉਂਕਿ ਇਹਨੇ ਨੇ ਵੱਡੇ ਬਿਆਨ ਜੋਨੇ ਉਹ ਦੇਰੀ ਹੈ ਜਦੋਂ ਕਿ ਕੋਈ ਆਮ ਜਿਵੇਂ ਕਿ ਦਾ ਕਮੀਡੀਅਨ ਦੀ ਗੱਲ ਕਰ ਜਾਵੇ ਦਾ ਕੋਈ ਕਮੀਡੀਅਨ ਕੋਈ ਆਪਣਾ ਚੁਟਕਲਾ ਪੇਸ਼ ਕਰਦਾ ਤਾਂ ਉਸ ਵੇਲੇ ਸਰਕਾਰ ਉਸ ਤੇ ਯੂਏਪੀਏ ਲਗਾ ਦਿੰਦੀ ਹੈ ਪਰ ਕੰਗਨਾਰਾ ਨੋਤੇ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਦੇਖੋ ਬਿਲਕੁਲ ਇਹ ਤਾਂ ਸ਼ਾਇਦ ਤਰਾਸਦੀ ਕਹੀਏ ਇਸ ਜੇ ਤਾਂ ਕਿਸੇ ਆਪੋਜੀਸ਼ਨ ਦੇ ਉੱਤੇ ਜਿਹੜਾ ਹੈ ਉਹ ਇਲਜ਼ਾਮ ਲਾਏ ਜਾਂਦੇ ਨੇ ਤਾਂ ਸਰਕਾਰ ਚੁੱਪ ਬੈਠਦੀ ਹੈ ਜਦ ਸਰਕਾਰ ਦੇ ਉੱਤੇ ਨਾਲ ਆਏ ਜਾਂਦੇ ਨੇ ਤਾਂ ਸਰਕਾਰ एकदम ਤੋਂ ਸਰਕਾਰ ਦੇ ਜਰੇ ਕਾਨੂੰ ਖੜੇ ਹੋ ਜਾਂਦੇ ਨੇ ਤਾਂ ਕਿਤਨਾ ਕਿ ਤਾਂ ਹੁਣ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਖਾਸ ਹੈ ਆ ਕੇਂਦਰ ਸਰਕਾਰ ਦੀ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨਾਲ ਜਿਹੜਾ ਹੈ ਉਹਦੀ ਆਈਡੀਓਲੋਜੀ ਮੈਚ ਕਰਦੀ ਹੈ ਕਈ ਸਾਰੀਆਂ ਗੱਲਾਂ ਜਰੀਆ ਕੀਤੀਆਂ ਜਾਂਦੀਆਂ ਪਰ ਨਾਲ ਦੇ ਨਾਲ ਜਿਸ ਤਰੀਕੇ ਨਾਲ ਕੰਗਨਾ ਰੌਂਤ ਸ਼ੁਰੂਆਤੀ ਤੌਰ ਤੇ ਜਦ ਤੋਂ ਪਿਛਲੇ ਸਾਲ ਜਿਹੜਾ ਹੈ ਉਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉਸ ਸਮੇਂ ਤੱਕ ਜਿਹੜਾ ਹੈ ਇਹ ਤੱਕ ਸਟੇਟਮੈਂਟਾਂ ਦਿੰਦੀ ਆਈ ਕਿ ਜਿਹੜੀਆਂ ਬੀਬੀਆਂ ਨੇ ਉਹ 100-100 ਰੁਪਏ ਸੇ ਜਿਹੜੀਆਂ ਨੇ ਉਹ ਆਂਦੀਆਂ ਨੇ ਧਰਨੇ 'ਚ ਬੈਠਦੀਆਂ ਨੇ ਇਸ ਤਰੀਕੇ ਦੇ ਬਿਆਨਬਾਜ਼ੀ ਜਿਹੜੀ ਆ ਉਹ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਬਿਆਨਬਾਜ਼ੀ ਕੀਤੀ ਗਈ ਹੈ ਕੱਲ ਤੁਹਾਨੂੰ ਦੱਸ ਦਈਏ ਇੱਕ ਫੇਸਬੁੱਕ ਪੋਸਟ ਵੀ ਪਾਈ ਗਈ ਹੈ ਤੇ ਇੰਸਟਾਗ੍ਰam ਤੇ ਵੀ ਉਹੀ ਪੋਸਟ ਪਾਈ ਗਈ ਹੈ ਜਿਹਦੇ ਵਿੱਚ ਇਹ ਤੱਕ ਲਿਖਿਆ ਗਿਆ ਕਿ ਸਿੱਖ ਜਿਹੜੇ ਨੇ ਉਹ ਮੱਛਰ ਨੇ ਉਹਨਾਂ ਨੂੰ ਜਿਹੜਾ ਹੈ ਰੋਂਦਿਆ ਗਿਆ ਇੰਦਰਾ ਗਾਂਧੀ ਵੱਲੋਂ ਇਸ ਤਰੀਕੇ ਦੇ ਕਈ ਸਾਰੀ ਜਿਹੜੇ ਗਲਤ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਦੇ ਨਾਲ ਅਮੀਸ਼ ਰੰਜਨ ਪਾਂਡੇ ਤੇ ਅੰਬੁਜ दीक्षित ਜਿਹੜੇ ਕੋਆਰਡੀਨੇਟਰ ਨੇ ਇੰਡੀਅਨ ਯੂਥ ਕਾਂਗਰਸ ਦੇ ਸਕੱਟਰੀ ਨੇ ਉਹਨਾਂ ਵੱਲੋਂ ਵੀ ਯਾਨੀ ਦੋ ਵੱਖਰੀਆਂ ਐਫਆਈਆਰ ਜੜੀਆਂ ਨੇ ਉਹ ਫਾਈਲ ਕਰਵਾਈਆਂ ਗਿਆ ਨੇ ਦਿੱਲੀ ਚ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਉਹਨਾਂ ਨੇ ਇਹ ਕਿਹਾ ਗਿਆ ਕਿ ਕੰਗਨਾ ਰੇਨੌਥ ਕੋਲ ਜਿਹੜੇ ਇੰਸਟਾਗ੍ਰam ਤੇ ਫੋਲੋਅਰ ਨੇ 7.8 ਮਿਲੀਅਨ ਨੇ ਯਾਨੀ 78 ਲੱਖ ਤੇ ਜਿਹੜੇ ਉਹ ਫੋਲੋਅਰ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਮਨ ਤੇ ਕੀ ਪ੍ਰਭਾਵ ਪਾ ਰਹੀ ਹੈ ਕੰਗਨਾ ਰੇਨੌਥ ਇਸ ਤਰੀਕੇ ਦੀ ਬਿਆਨਬਾਜ਼ੀ ਕਰਕੇ ਇਸ ਤਰੀਕੇ ਨਾਲ ਧਾਰਮਿਕ ਭਾਵਨਾਵਾਂ ਜਵੜੀਆਂ ਨੇ ਉਹ ਭੜਕਾਉਣ ਦੇ ਨਾਲ ਪਰ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਐਫ ਆਈ ਆਰ ਜਿਹੜੀ ਹੈ ਉਹਦੇ ਵਿੱਚ ਜਿਹੜੇ ਸੈਕਸ਼ਨਸ ਲਾਏ ਗਏ ਨੇ ਉਹ 124ਏ ਯਾਨੀ ਸੈਡੀਸ਼ਨ ਵਾ 5 504 ਜਿਹੜੀ ਇੰਟੈਂਸ਼ਨਲ ਇਨਸਲਟ ਵਿਦ ਇੰਟੈਂਟ ਟੂ ਪ੍ਰੋਵੋਕ ਬ੍ਰੀਚ ਬ੍ਰੀਚ ਆਫ ਦਾ ਪੀਸ ਯਾਨੀ ਜਿਹੜੀ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ ਪਰ ਨਾਲ ਦੇ ਨਾਲ ਜਿਹੜੀ ਅਮਨ ਸ਼ਾਂਤੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਦੀ ਜਿਹੜੀ ਹੈ ਉਹ ਧਾਰਮਾਂ ਲਾਈਆਂ ਗਈਆਂ ਨੇ ਹੁਣ ਨਾਲ ਦੇ ਨਾਲ ਮੰਜਦਰ ਸਿਰਸਾ ਵੀ ਇਹ ਗੱਲ ਕਰ ਰਹੇ ਨੇ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਕਰ ਰਹੀ ਹੈ ਕੰਗਰਨੌਦ ਕਿੰਨਾ ਕਿਤੇ ਇਹਨੂੰ ਜੇਲ੍ਹ ਦੀ ਲੋੜ ਨਹੀਂ ਇਹਨੂੰ ਡਾਕਟਰ ਦੀ ਲੋੜ ਹੈ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕੱਲ ਜਿਸ ਤਰੀਕੇ ਨਾਲ ਬਿਆਨਬਾਜ਼ੀ ਆਈ ਉਸ ਤੋਂ ਬਾਅਦ ਕਈ ਸਾਰੇ ਪਾਲੀਵੁੱਡ ਦੇ ਯਾਨੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਨੇ ਸਿੰਗਰ ਨੇ ਉਹ ਵੀ ਖੜ ਕੇ ਮੈਦਾਨ 'ਚ ਸਾਹਮਣੇ ਆਏ ਜਿਨ੍ਹਾਂ ਨੇ ਪੈਰ ਵੀ ਵੀ ਕੀਤੀ ਹੈ ਆਪਣੇ ਸਿੱਖ ਸਮਾਜ ਦੀ ਪ੍ਰਣਾਲੀ ਦੇ ਨਾਲ ਇਹ ਵੀ ਕਿਹਾ ਹੈ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਇਹ ਕਰ ਰਹੀ ਹੈ ਕੇਂਦਰ ਸਰਕਾਰ ਨੂੰ ਕੁਛ ਨਾ ਕੁਝ ਐਕਸ਼ਨ ਜੜਾ ਹੈ ਉਹ ਜ਼ਰੂਰ ਲੈਣਾ ਚਾਹੀਦਾ ਹੈ ਹਾਲੇ ਤੱਕ ਕਿਉਂ ਨਹੀਂ ਲੈ ਰਹੀ ਉਹ ਕੇਂਦਰ ਸਰਕਾਰ ਜਵਾਬ ਦੇ ਪਰ ਜਿਸ ਤਰੀਕੇ ਨਾਲ ਗੱਲਾਂ ਰੱਖੀਆਂ ਜਾ ਰਹੀਆਂ ਨੇ ਇਹ ਨਾ ਸਿਰਫ ਧਾਰਮਿਕ ਭਾਵਨਾਵਾਂ ਪੜਕਾਉਂਦੀਆਂ ਨੇ ਬਲਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਇਸ ਵਕਤ ਲਾਅ ਐਂਡ ਆਰਡਰ ਬਣਿਆ ਹੋਇਆ ਹੈ ਪੀਸ ਬਣਿਆ ਹੋਇਆ ਹੈ ਉਹ ਵੀ ਖਰਾਬ ਕੀਤਾ ਜਾ ਸਕਦਾ ਹੈ ਇੱਥੇ ਤੱਕ ਜਿਹੜੇ ਕੱਲ ਫੋਨੋਜ਼ ਹੋਏ ਕਈ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਈ ਸੈਲੀਬ੍ਰਿਟੀ ਵੀ ਕਹਿੰਦੇ ਨਜ਼ਰ ਆਏ ਕਿ ਹਿਮਾਚਲ ਸਰਕਾਰ ਜੈਰਾਮ ਸਰਕਾਰ ਭਾਜਪਾ ਦੀ ਸਰਕਾਰ ਹੈ ਉਹਨਾਂ ਨੇ ਤਾਂ ਉਹਨੂੰ ਸਿਕਿਉਰਿਟੀ ਦਿੱਤੀ ਵੀ ਹੈ ਪਰ ਜਿਹੜੇ ਆਮ ਲੋਕ ਨੇ ਜਿਹੜੇ ਕਿ ਭੜਕਣਗੇ ਉਹਨਾਂ ਲਈ ਜਿਹੜਾ ਹੈ ਉਹ ਕੰਮ ਖਰਾਬ ਹੋ ਸਕਦਾ ਹੈ ਉਹਨ ਲਈ ਇੱਕ ਪੀਸ ਜਿਹੜਾ ਹੈ ਉਹ ਖਰਾਬ ਹੋ ਸਕਦਾ ਹੈ ਇਸ ਕਰਕੇ ਕਾਂਗਰਸ ਔਰ ਜੈ ਇੰਨੀ ਵੱਡੀ ਸੈਲੀਬ੍ਰਿਟੀ ਹੈ ਤਾਂ ਸੋਚ ਸਮਝ ਕੇ ਜਿਹੜਾ ਹੈ ਉਹ ਹਰ ਵਾਕਿਆ ਜਿਹੜਾ ਹੈ ਹਰ ਸ਼ਬਦ ਸ਼ਬਦਲਤੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ ਨਾ ਕਿ ਕੋਈ ਵੀ ਕਿਸੇ ਤਰੀਕੇ ਨਾਲ ਆਪਣੀ ਸਟੇਟਮੈਂਟ ਦੇ ਕੇ ਜਿਹੜਾ ਹੈ ਉਹ ਇੱਕ ਕੌਂਟਰੋਵਰਸੀ ਚ ਰਹਿਣਾ ਚਾਹੀਦਾ ਹੈ ਕਵਿਨ ਕਿਹਾ ਜਾਂਦਾ ਸੀ ਹੁਣ ਕੌਂਟਰੋਵਰਸੀ ਕਵਿਨ ਹੋ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਹੱਲੇ ਅੱਗੇ ਐਕਸ਼ਨ ਕੋਈ ਨਾ ਹੋ ਜਾਣਾ ਜਿਸ ਤਰੀਕੇ ਨਾਲ ਕੰਗਰਸ ਨੇ ਥੱਲੇ ਤੱਕ ਬਿਆਨਬਾਜ਼ੀ ਕਰਦੀ ਜਾ ਰਹੀ ਹੈ ਜੀ ਜੀ ਬਜ਼ਮ ਕਿਤਨਾ ਕਿਤੇ ਜਿਹੜੇ ਬਿਆਨ ਨੇ ਜਰੂਰ ਇਹ ਪੜਕਾਉਣ ਵਾਲੇ ਬਿਆਨ ਨੇ ਕਿ ਸਰਕਾਰ ਨੂੰ ਇਸੇ ਐਕਸ਼ਨ ਜੁੜਾ ਜਰੂਰ ਲੈਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਬਜ਼ਮ ਸਾਡੇ ਨਾਲ ਜੁੜਨ ਦੇ